ਜਿਹੜਾ ਟੂਲਸ ਦੇ ਦਿੱਤੀ ਗਈ ਇਹਨਾਂ ਦੇ ਗਵਰਨਮੈਂਟ ਨੇ ਜਿਹੜਾ ਸਮਰ ਜੀ ਜੋ ਬੈਂਚ ਜਾ ਰਹੀ ਹੈ ਮਦਰਸੇ ਤੱਕ ਇਸਦਾ ਨਾਂ ਫਿਰ ਠੀਕ ਹੈ ਰਹਿਮਾਨ ਰਹੀਮ ਮੈਂ ਅਨਵਰ ਕਮਾਲ ਬਰਕੀ ਡੀ ਐੱਸ ਓ ਪਿਸ਼ਾਵਰ ਮੇਰੇ ਸਾਥ ਇਸ ਵਕਤ ਤਹਿਸੀਲਦਾਰ ਪਿਸ਼ਾਵਰ ਵੀ ਮੌਜੂਦ ਹੈ ਹਮਾਰੇ ਪੋਲੋ ਕੇ ਲੈਜੈਂਡਰੀ ਪਲੇਅਰ ਸ਼ਾਹ ਸਾਹਿਬ ਵੀ ਮੌਜੂਦ ਹੈ ਡਾਇਰੈਕਟੋਰੇਟ ਆਫ ਸਪੋਰਟਸ ਖੈਬਰ ਪਖਤੂਨਖਵਾ ਨੇ ਇਹ ਡਿਸਾਈਡ ਕੀਆ ਹੈ ਕਿ ਪਿਸ਼ਾਵਰ ਮੈਂ ਸਿਵਲ ਗਵਰਨਮੈਂਟ ਕਾ ਆਪਣਾ ਇੱਕ ਹਾਰਸ ਰਾਈਡਿੰਗ ਕਲੱਬ ਔਰ ਇੱਕ ਪੋਲੋ ਕਲੱਬ ਹੋਣਾ ਚਾਹੀਏ ਹਾਰਸ ਰਾਈਡਿੰਗ ਕਲੱਬ ਕੇ ਲੀਏ ਤੋ ਆਲਰੇਡੀ ਹਮ ਇਹ ਜੋ ਡਿਵੈਲਪ ਸ਼ੁਦਾ ਹਮਾਰਾ 40 ਕਨਾਲ ਕਾ ਇੱਕ ਪੀਸ ਆਫ ਲੈਂਡ ਹੈ ਜੋ ਆਪ ਹਮ ਦਿਖਾ ਰਹੇ ਹੈ ਯਹਾਂ ਪੇ ਇੱਕ ਇਨਸ਼ਾਅੱਲਾ ਸਟੇਟ ਆਫ ਆਰਟ ਲੈਵਲ ਕਾ ਇੱਕ ਬਿਹਤਰੀਨ ਹਾਰਸ ਰਾਈਡਿੰਗ ਕਲੱਬ ਡਿਵੈਲਪ ਹੋਗਾ ਔਰ ਇਸਕੇ ਐਡਜਸਟੈਂਟ ਹਮ ਇੱਕ ਇੰਟਰਨੈਸ਼ਨਲ ਸਟੈਂਡਰਡ ਕਾ ਪੋਲੋ ਕਲੱਬ ਵੀ ਡਿਵੈਲਪ ਕਰ ਰਹੇ ਹੈ ਤੋ ਆਜ ਹਮਾਰਾ ਵਿਜ਼ਿਟ ਹੈ ਲੈਂਡ ਕੀ ਸਿਲੈਕਸ਼ਨ ਹੈ ਕਿ ਦੇਖ ਲੇ ਕਿ ਕੌਨਸੀ ਲੈਂਡ ਯਹਾਂ ਪੇ ਗੌਰਮੈਂਟ ਕੀ ਲੈਂਡ ਹੈ ਕਾਫੀ ਤੋ ਯੇ ਮਾਲ ਮਹਿਕਮੇ ਰੈਵਨਿਊ ਵਾਲੇ ਹਮੇ ਬਤਾਏਂਗੇ ਕਿ ਹਮਾਰੇ ਰਾਈਟ ਲੈਫਟ ਇਸ ਤਹਿਸੀਲ ਸਟੇਡੀਅਮ ਕੇ ਕਿਤਨੀ ਜ਼ਮੀਨ ਹੈ ਕੌਨ ਸੀ ਹਮੇ ਸੂਟ ਕਰਤੀ ਹੈ ਇਨਸ਼ਾਅੱਲਾ ਆਨੇ ਵਾਲੇ ਵਕਤੋਂ ਮੈਂ ਪਿਸ਼ਾਵਰ ਕੇ ਲੀਏ ਰਾਈਡਿੰਗ ਔਰ ਪੋਲੋ ਕੇ ਹਵਾਲੇ ਸੇ ਮੀਰਾ ਕਚੋਰੀ ਇੱਕ ਨਿਹਾਇਤ ਅਹਿਮੀਅਤ ਕਾ ਹਾਮਿਲ ਪਲੇਸ ਹੋਗਾ ਦੇਖੇ ਰਾਈਡਿੰਗ ਕਲੱਬ ਕੇ ਤੋ ਪੀ ਸੀ ਵਨ ਵਗੈਰਾ ਪਾਈਪਲਾਈਨ ਮੈਂ ਪੀ ਸੀ ਵਨ ਵਗੈਰਾ ਬਣ ਰਹੇ ਔਰ ਪੋਲੋ ਕੇ ਜੈਸੇ ਹਮੇ ਜ਼ਮੀਨ ਵੋ ਹੋਤੀ ਹੈ ਤੋ ਉਸਕਾ ਵੀ ਇਨਸ਼ਾਅੱਲਾ ਇਸੀ ਸਾਲ 2020 ਮੈਂ ਇਸ ਪੇ ਕਾਮ ਸ਼ੁਰੂ ਹੋ ਜਾਏਗਾ ਇਨਸ਼ਾਅੱਲਾ